ਕੀ ਫਤਿਹ। ਮੈਂ ਸਿਮਰਨਜੀਤ ਸਿੰਘ ਮਾਨ ਆਪਣੇ ਪਿੰਡ ਕਿਲ੍ਹਾ ਸਰਦਾਰ ਹਰਨਾਮ ਸਿੰਘ ਨੂੰ ਅੱਜ 25 ਫੈਬਰਰੀ ਨੂੰ ਸਿੱਖ ਕੌਮ ਅਤੇ ਸਾਰਿਆਂ ਨੂੰ ਇੱਕ ਜ਼ਰੂਰੀ ਸੂਚਨਾ ਦੇਣਾ ਚਾਹੁੰਦਾ। ਉਹ ਇਹ ਹੈ ਕਿ ਰੂਸ ਨੇ ਬਹੁਤ ਚਲਾਕੀ ਦੇ ਨਾਲ ਨਾਲ ਦੇ ਮੁਲਕ ਯੂਕਰੇਨ ਦੀ ਪਿੱਠ ਦੇ ਵਿੱਚ ਛੁਰਾ ਮਾਰਿਆ। ਇਸ ਰੂਸ ਨੇ 2014 ਦੇ ਵਿੱਚ ਬਹੁਤ ਵੱਡਾ ਇਲਾਕਾ ਯੂਕਰੇਨ ਦਾ ਲੁੱਟ ਲਿਆ ਸੀਗਾ। ਹੁਣ ਮੈਂ ਕਹਿਣਾ ਚਾਹੁੰਦਾ ਕਿ ਜਿਹੜੇ ਸਾਡੇ ਇੱਥੇ ਨੌਜਵਾਨ ਯੂਕਰੇਨ ਦੇ ਵਿੱਚ ਪੜ੍ਹਨ ਗਏ ਹੈ, ਜਿਨ੍ਹਾਂ ਵਿੱਚ ਸਿੱਖ ਹੈਗੇ ਹੈ, ਉਹਨਾਂ ਨੂੰ ਮੈਂ ਅਪੀਲ ਕਰਦਾ ਅਤੇ ਦੂਜਿਆਂ ਨੂੰ ਵੀ ਅਪੀਲ ਮੇਰੀ ਹੈ ਕਿ ਜੇ ਆਪਾਂ ਨੇ ਯੂਕਰੇਨ ਦਾ ਇੰਨਾ ਚਿਰ ਲੂਣ ਖਾਧਾ, ਪੜ੍ਹਾਈ ਕੀਤੀ ਹੈ, ਤਾਂ ਵਾਪਸ ਇੰਡੀਆ ਆਉਣ ਦੀ ਲੋੜ ਨਹੀਂ ਹੈ। ਆਪਣੀ ਮਾਰਸ਼ਲ ਰੇਸ ਹੈ, ਤੁਸੀਂ ਨੇੜੇ ਅਤੇ ਨੇੜੇ ਜਿਹੜਾ ਵੀ ਮਿਲਟਰੀ ਦਾ ਕੈਂਪ ਹੈ ਉੱਥੇ ਆਪਣੀ ਪਛਾਣ ਦੱਸੋ, ਆਈਡੈਂਟੀ, ਕਿ ਤੁਸੀਂ ਇੱਥੇ ਸਟੂਡੈਂਟਸ ਪੜ੍ਹਨ ਦੇ ਲਈ ਆਏ ਹੋ। ਅੱਜ ਯੂਕਰੇਨ ਨੂੰ ਵਿਪਤਾ ਹੈਗੀ ਹੈ ਅਤੇ ਤੁਸੀਂ ਕਹੋ ਕਿ ਅਸੀਂ ਵੋਲੰਟੀਅਰ ਕਰਦੇ ਹਾਂ ਮਿਲਟਰੀ ਸਰਵਿਸ ਦੇ ਲਈ, ਸਾਨੂੰ 2 ਹਫ਼ਤਿਆਂ ਦੀ ਟ੍ਰੇਨਿੰਗ ਇਨਫੈਂਟਰੀ ਅਤੇ ਆਰਟਿਲਰੀ ਦੀ ਦਿੱਤੀ ਜਾਵੇ, ਜਿਹਦੇ ਨਾਲ ਅਸੀਂ ਆਪਣੇ ਆਪਣੇ ਮੋਰਚੇ ਰੂਸ ਦੇ ਖਿਲਾਫ਼ ਸਾਂਭ ਲਈਏ। ਇਹਦੇ ਨਾਲ ਸਿੱਖ ਕੌਮ ਦੀ ਬਹੁਤ ਵੱਡੀ ਵਡਿਆਈ ਸਾਰੇ ਪਾਸੇ ਹੋਊਗੀ, ਨਾ ਕਿ ਪੋਲੈਂਡ ਭੱਜ ਜਾਈਏ ਜਾਂ ਹੋਰ ਕਿਸੇ ਮੁਲਕ ਦੇ ਵਿੱਚ ਭੱਜ ਜਾਈਏ ਜਾਂ ਵਾਪਸ ਇੰਡੀਆ ਦੇ ਵਿੱਚ ਆ ਜਾਈਏ। ਅਤੇ ਜੇ ਆਪਾਂ ਨੇ ਇੱਕ ਵਾਰੀ ਯੂਕਰੇਨ ਦੇ ਹੱਕ ਦੇ ਵਿੱਚ ਮਿਲਟਰੀ ਸਰਵਿਸ ਕਰਤੀ ਅਤੇ ਸਿੱਖ ਕੌਮ ਦਾ ਇੰਟਰਨੈਸ਼ਨਲ ਪੱਧਰ ਦੇ ਉੱਤੇ ਬਹੁਤ ਵੱਡਾ ਨਾਂ ਹੋ ਜੂਗਾ।